ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਦੀ ਨਾਲ ਬੈੱਲ ਆਈਕਨ 'ਤੇ ਕਲਿੱਕ ਕਰ ਲਓ ਤਾਂ ਜੋ ਸਾਡੀ ਹਰ ਇੱਕ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਪਰ ਅੱਜ ਮੈਂ ਸ਼ੁਕਰੀਆ ਅਦਾ ਕਰਦੀ ਹਾਂ, ਥੈਂਕਸ ਕਰਦੀ ਹਾਂ ਉਸ ਪਰਮਾਤਮਾ ਦਾ। ਜੇ ਮੇਰੇ ਦੰਦ ਉੱਚੇ ਨਾ ਹੁੰਦੇ, ਰੰਗ ਕਾਲਾ ਨਾ ਹੁੰਦਾ, ਜੇ ਮੈਂ ਪਤਲੀ ਨਾ ਹੁੰਦੀ ਤਾਂ ਅੱਜ ਜਸਵਿੰਦਰ ਬਰਾੜ ਨਾ ਹੁੰਦੀ, ਕਿਉਂਕਿ ਮੈਂ ਮਿਹਨਤ ਹੀ ਨਹੀਂ ਕਰਨੀ ਸੀ, ਡਰਦੀ ਮਿਹਨਤ ਕਰੀ ਗਈ, ਆਪਦੀਆਂ ਕਮੀਆਂ ਨੂੰ ਲੁਕਾਉਣ ਲਈ ਇੰਨੀ ਕੁ ਮਿਹਨਤ ਕਰੀ ਗਈ, ਇੰਨੀ ਕੁ ਜਿਹਾ ਜਿਹਾ ਮੈਨੂੰ ਬਿੰਗਾ ਟੇਢਾ ਗਾਉਣਾ ਹੁੰਦਾ ਸੀ ਪਰ ਦਿਲੋਂ ਗਾਉਂਦੀ ਸੀ। ਇਸੇ ਕਰਕੇ ਜੇ ਪਰਮਾਤਮਾ ਨੇ ਤੁਹਾਨੂੰ ਕੋਈ ਕਮੀ ਦਿੱਤੀ ਹੈ ਨਾ, ਪਹਿਲੀ ਗੱਲ ਤਾਂ ਪਰਮਾਤਮਾ ਇਹ ਆਪਾਂ ਗਿਣਦੇ ਹਾਂ ਵੀ ਸਾਡੇ 'ਚ ਕਮੀ ਹੈ, ਜਿਹੜਾ ਉਹਨੇ ਫੁੱਲ ਸਾਜਿਆ, ਉਹਨੇ ਬਗੀਚਾ ਲਾਇਆ, ਉਹਨੇ ਬੁੱਤ ਬਣਾਇਆ, ਉਹਦੇ 'ਚ ਕੋਈ ਕਮੀ ਹੈ ਹੀ ਨਹੀਂ, ਇਹ ਆਪਾਂ ਦੁਨੀਆਦਾਰੀ ਵਾਲੇ ਹਾਂ। ਆਪਣੇ 'ਚ ਕਾਤ ਹੈ ਸਰਦਾਰ ਸਾਹਿਬ, ਜੇ ਸਾਹਮਣੇ ਬੰਦਾ ਬੈਠਾ ਹੈ ਨਾ ਉਹਨੂੰ ਦੇਖ ਕੇ ਆਪਾਂ ਜਿਹੜੀਆਂ ਉਹਦੇ 'ਚ ਪੋਜ਼ਿਟਿਵ ਗੱਲਾਂ, ਉਹ ਨਹੀਂ ਆਪਾਂ ਕਹਿਣੀਆਂ, ਆਪਾਂ ਕਹਿਣਾ ਨਾ ਕੱਦ ਕਾਠ ਤਾਂ ਸੋਹਣਾ, ਸਾਰੇ ਨੈਣ ਨਕਸ਼ ਵਧੀਆ ਨੇ ਪਰ ਅੱਖਾਂ ਥੋੜ੍ਹੀਆਂ ਜਿਹੀਆਂ ਛੋਟੀਆਂ। ਇਹ ਆਪਣੇ ਬੰਦੇ ਦੀ ਫਿਤਰਤ ਹੈ ਵੀ ਆਪਾਂ ਨੂੰ ਘੋਚ ਕੱਢਣੀ ਕੱਢਣੀ। ਕੋਈ ਪਿੰਡ 'ਚ ਸਾਧੂ ਫਕੀਰ ਗਏ ਅਤੇ ਸਾਰਾ ਪਿੰਡ ਰਾਤ ਨੂੰ ਸਤਸੰਗ ਕਰਿਆ ਕਰੇ, ਕਹਿੰਦੇ ਜੇ ਅਸੀਂ ਦੁਨੀਆਦਾਰੀ ਬਾਰੇ ਸਮਝਣਾ ਚਾਹੁੰਦੇ ਹਾਂ। ਸਾਧੂ ਮਹਾਤਮਾ ਕਹਿੰਦੇ ਵੀ ਰਹਿਣ ਦਿਓ, ਨਾ ਸਮਝੋ। ਕਹਿੰਦੇ ਜੀ ਨਹੀਂ, ਥੋੜ੍ਹਾ ਬਹੁਤ ਤਾਂ ਗਿਆਨ ਦੇ ਕੇ ਜਾਓ ਵੀ ਸਾਡੇ 'ਚ ਕੀ ਕਮੀਆਂ ਨੇ। ਕਹਿੰਦੇ ਇੱਕੋ ਹੀ ਕਮੀ ਦੱਸੂਗਾ ਅਤੇ ਕੱਲ੍ਹ ਨੂੰ ਆ ਜਾਓ, ਪਰ ਵੱਡਾ ਸਾਰਾ ਪੇਜ ਲੈ ਕੇ ਆਇਓ, ਕੋਰਾ, ਜਿਹਦੇ ਕੋਈ ਦਾਗ ਨਾ ਹੋਵੇ, ਬਿਲਕੁਲ ਸਾਫ਼ ਕਲੀਨ ਹੋਵੇ, ਅਤੇ ਇੱਕ ਪੈਨ ਲੈ ਆਇਓ। ਹੁਣ ਰਾਤ ਨੂੰ ਸਤਸੰਗ ਆਈ, ਉਹਨਾਂ ਨੇ ਉਹ ਪੇਜ ਜਿਹੜਾ ਵੱਡਾ ਲਾ ਲਿਆ, ਮਹਾਤਮਾ ਉੱਠੇ, ਉਹਨਾਂ ਨੇ ਇੱਕ ਛੋਟਾ ਜਿਹਾ ਬਿੰਦੂ, ਐਡਾ ਕੁ ਬਿੰਦੂ ਉਹ ਪੇਜ ਦੇ ਵਿਚਾਲੇ ਲਾਤਾ। ਹੁਣ ਆਈ ਸਾਰਾ ਪਿੰਡ ਬੈਠਾ, ਇੱਕ ਇੱਕ ਨੂੰ ਉਠਾ ਕੇ ਪੁੱਛਣ, ਹਾਂ ਬਾਈ ਆਹ ਪੇਜ ਵੱਲ ਝਾਕ ਕੀ ਦਿੰਦਾ? ਕਹਿੰਦੇ ਜੀ ਕਾਲਾ ਬਿੰਦੂ, ਕਾਲਾ ਨਿਸ਼ਾਨ। ਹਰ ਇੱਕ ਸਾਰੇ ਪਿੰਡ ਨੂੰ ਉਠਾ ਲਿਆ, ਸਾਰਿਆਂ ਨੂੰ ਕਾਲਾ ਨਿਸ਼ਾਨ ਦਿਸਿਆ, ਜਿਹੜਾ ਆਸੇ ਪਾਸੇ ਕੋਰਾ ਕਾਗਜ਼ ਸੀ ਕਿਸੇ ਨੂੰ ਨਹੀਂ ਦਿਸਿਆ। ਕਹਿੰਦੇ ਭਾਈ ਆਹੀ ਤਾਂ ਆਪਣੇ 'ਚ ਕਮੀ ਹੈ, ਸਾਰੇ ਪਿੰਡ ਨੂੰ ਮੈਂ ਉਠਾ ਲਿਆ, ਕੋਰਾ ਕਾਗਜ਼ ਕਿਸੇ ਨੂੰ ਨਹੀਂ ਦਿਸਿਆ, ਇੱਕ ਜਿਹੜੀ ਕਮੀ ਸੀ ਨਾ ਕਾਗਜ਼ ਦੇ ਵਿੱਚ, ਕਾਲਾ ਬਿੰਦੂ ਸੀ, ਉਹ ਸਾਰੇ ਪਿੰਡ ਨੂੰ ਦਿਸਿਆ। ਕਹਿੰਦੇ ਪਹਿਲਾਂ ਆਹ ਹੱਥ ਸੁਧਾਰ ਲਓ, ਰੱਬ ਆਪਣੇ ਆਪ ਮਿਲ ਜੂ। ਇਹ ਸਾਰੀਆਂ ਚੀਜ਼ਾਂ ਬਹੁਤ, ਮੈਂ ਕੋਈ ਐ ਨਹੀਂ ਵੀ ਮੈਂ ਕੋਈ ਸਿੱਖ ਕੇ ਆਉਂਦੀ ਹਾਂ, ਹਾਂ ਮੈਂ ਸੰਗਤ ਜ਼ਰੂਰ ਕਰਦੀ ਹਾਂ, ਕੋਈ ਅੱਛੀ ਗੱਲ ਕਰਦਾ ਤਾਂ ਮੈਂ ਸੁਣਦੀ ਜ਼ਰੂਰ ਹਾਂ। ਤਾਂ ਹੀ ਕਹਿੰਦੇ ਆ ਕਿ ਮਾੜੇ ਬੰਦੇ ਕੋਲ ਸੋਭਦਾ ਨਹੀਂ ਅਸਲਾ, ਮਾਰ ਦੀ ਸ਼ਕੀਨੀ ਹੈ। ਮਗਰਮੱਛ ਦੇ ਹੰਝੂ ਨਕਲੀ ਯਾਰ ਬਹਾਉਂਦੇ ਨੇ, ਦਾਲ ਅੱਗੇ ਤੋਂ ਬੁੱਕਲ ਦੇ ਸਭ ਡੰਗ ਚਲਾਉਂਦੇ ਨੇ, ਦੀਨ ਧਰਮ ਤੋਂ ਹੱਲੇ ਦਾ ਇਤਬਾਰ ਨਹੀਂ ਹੁੰਦਾ, ਨਮਕ ਹਰਾਮੀ ਬੰਦੇ ਦਾ ਕੋਈ ਯਾਰ ਨਹੀਂ ਹੁੰਦਾ, ਕਹਿੰਦੇ ਜਣੇ ਖਣੇ ਨਾਲ ਲੋਕੋ ਇਸ਼ਕ ਵਪਾਰ ਨਹੀਂ ਹੁੰਦਾ, ਕਦੇ ਵੇਸਵਾ ਦਾ ਕੋਈ ਦਿਲਦਾਰ ਨਹੀਂ ਹੁੰਦਾ। ਜੇਬ 'ਚੋਂ ਨੋਟ ਖਤਮ, ਪਿਆਰ ਖਤਮ ਅਤੇ ਯਾਰ ਖਤਮ। ਹਾਂਜੀ, ਮਾੜੇ ਬੰਦੇ ਕੋਲ ਸੋਭਦਾ ਨਹੀਂ ਆਸਰਾ। ਨਕਲੀ ਯਾਰ ਬਹਾਉਂਦੇ ਨੇ, ਮਗਰਮੱਛ ਦੇ ਹੰਝੂ ਨਕਲੀ ਯਾਰ ਬਹਾਉਂਦੇ ਨੇ, ਉਹ ਦਾਲ ਅੱਗੇ ਤੋਂ ਬੁੱਕਲ ਦੇ ਸਭ ਡੰਗ ਚਲਾਉਂਦੇ ਨੇ, ਦੀਨ ਧਰਮ ਤੋਂ ਹੱਲੇ ਦਾ ਇਤਬਾਰ ਨਹੀਂ ਹੁੰਦਾ,
ਦੀਨ ਧਰਮ ਤੋਂ ਹੱਲੇ ਦਾ ਇਤਬਾਰ ਨਹੀਂ ਹੁੰਦਾ, ਕਹਿੰਦੇ ਨਮਕ ਹਰਾਮੀ ਬੰਦੇ ਦਾ ਕੋਈ ਯਾਰ ਨਹੀਂ ਹੁੰਦਾ, ਕਹਿੰਦੇ ਵੇਸਵਾ ਦਾ ਕੋਈ ਦਿਲਦਾਰ ਨਹੀਂ ਹੁੰਦਾ, ਜਣੇ ਖਣੇ ਨਾਲ ਲੋਕੋ ਇਸ਼ਕ ਵਪਾਰ ਨਹੀਂ ਹੁੰਦਾ, ਇਸ਼ਕ ਵਪਾਰ ਨਹੀਂ ਹੁੰਦਾ। ਗੰਗਾ ਕਿਨਾਰੇ ਵਾਲਾ ਛੋਰਾ ਨਾ ਜੀ, ਡਾਕਟਰ ਦੇ ਜਾ ਵੜਿਆ ਆਪਦੀ ਘਰ ਵਾਲੀ ਨੂੰ ਲੈ ਕੇ।
ਅਤੇ ਡਾਕਟਰ ਕਹਿੰਦਾ ਜੀ, ਡਾਕਟਰ ਨੇ ਕਹਿੰਦੀ ਵੀ ਕੀ ਕਰਨਾ, ਕਹਿੰਦੀ ਮੈਂ ਆਪਦੇ ਬੱਚੇ ਨੂੰ ਦਵਾਈ ਦਵਾਉਣੀ ਹੈ ਆਪਦੇ ਬੱਚਿਆਂ ਨੂੰ। ਡਾਕਟਰ ਨੇ ਕਹਿੰਦੀ ਲੈ ਕੇ ਆ, ਇੱਕ ਆ ਅੰਦਰ, ਦੋ ਆ, ਤਿੰਨ ਆ, ਕੈਬਨ 'ਚ ਚਾਰ, ਪੰਜ, ਦਸ, ਪੰਦਰਾਂ, ਸੋਲ੍ਹਾਂ ਬੱਚੇ ਜਦੋਂ ਅੰਦਰ ਆ ਗਏ ਤਾਂ ਡਾਕਟਰ ਨੇ ਹੈਰਾਨ ਹੋ ਗਈ, ਕਹਿੰਦੀ ਆ ਬੱਚੇ ਸਾਰੇ ਤੇਰੇ ਤਾਂ ਜੇ ਆ ਮਾਰੇ ਆ, ਕਹਿੰਦਾ ਕਹਿੰਦੀ ਇੰਨੇ ਬੱਚੇ ਅਤੇ ਹਲੇ ਕਹਿੰਦੀ ਸਤਾਰਵਾਂ ਹੋਣ ਵਾਲਾ, ਕੀ ਕਰੇਗਾ ਇੰਨੇ ਬੱਚਿਆਂ ਦਾ। ਜਿਹੜੀ ਗੱਲ ਮੈਂ ਪਹਿਲਾਂ ਕਹੀ ਸੀ, ਕਹਿੰਦੀ ਜੀ ਪੰਜਾਬ ਮੇ ਤਾਂ ਕੋਈ ਰਹੇਗਾ ਹੀ ਨਹੀਂ, ਇਹਨ ਕੋਠਿਓ ਮੈਂ ਆਮ ਹੀ ਰਹੇਗੇ, ਆਪਕੇ ਬੱਚੇ ਤੋਂ ਕਹਿੰਦੀ ਸਾਰੇ ਬਾਹਰ ਜਾ ਰਹੇ ਹੈ, ਇਸ ਲਈ ਹਮੇ ਤੋ ਫਿਕਰ ਨਹੀਂ ਹੈ। ਅਤੇ ਗੰਗਾ ਕਿਨਾਰੇ ਵਾਲਾ ਛੋਰਾ ਕਿਆ ਠੁਮਕਾ ਲਾ ਕੇ ਗਿਆ ਸੀ। ਹਾਂਜੀ, ਮਾੜੇ ਬੰਦੇ ਕੋਲ ਸੋਭਦਾ ਨਹੀਂ ਅਸਲਾ। ਡੋਬ ਦਿਲ ਮਟ ਚੱਕੀ ਜ਼ਿਮੀਦਾਰ ਨੂੰ, ਮਾਰੇ ਬੰਦੇ ਕੋਲ ਸੋਭਦਾ ਨਹੀਂ ਅਸਲਾ, ਮਾਰਦੀ ਸ਼ਕੀਨੀ ਹੈ ਕਬੀਲਦਾਰ ਨੂੰ, ਮਾਰਦੀ ਸ਼ਕੀਨੀ ਹੈ ਕਬੀਲਦਾਰ ਨੂੰ। ਉੱਠਣੇ ਸਵਾਲ ਜੇ ਮੈਂ ਸੱਚ ਲਿਖਦਾ, ਆਖਣ ਕੇ ਮਾਰੀਏ ਦੀ ਮਾਨਸਿਕਤਾ, ਉੱਠਣੇ ਸਵਾਲ ਜੇ ਮੈਂ ਸੱਚ ਲਿਖਦਾ, ਉੱਠਣੇ ਸਵਾਲ ਜੇ ਮੈਂ ਪਿੰਜਰੇ ਚ ਰਹਿਣ ਕਿੱਥੋਂ ਸ਼ੇਰ ਜੰਗਲੀ, ਭਰਦਾ ਗਵਾਹੀ ਦੇ ਭਰਦਾ ਗਵਾਹੀ ਸਾਰਾ, ਨਾ ਕਰੇ ਗੱਲਾਂ ਕੋਲ ਲਿਖੇ ਫਰਦਾ ਹੈ ਬੋਲ ਬਾਰੇ ਬਾਈ ਕੋ ਹੰਡਾਏ। ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜੀ। ਮਿਲਦੇ ਹਾਂ ਨੈਕਸਟ ਵੀਡੀਓ ਤੁਹਾਡੇ ਲਈ ਹੋਰ ਨਵਾਂ ਸੌਂਗ ਲੈ ਕੇ।